ਗਾਰਵੇਜ ਕੋਈ ਕਿਫਾਇਤ ਸ਼ਿਆਰੀ ਨੂੰ ਵੀ ਰਿਵਾਜ ਦਿਓ। ਹਾਂਜੀ, ਕਿਫਾਇਤ ਸ਼ਿਆਰੀ ਨੂੰ ਵੀ ਰਿਵਾਜ। ਔਰ ਚੰਗੇ ਜਦੋਂ ਦਿਨ ਹੋਵਣ ਨਾ ਚੰਗੇ, ਮੈਨੂੰ ਇੱਕ ਬੰਦਾ, ਉਸਨੂੰ ਮੈਂ ਜਾਣਨਾ, ਅਤੇ ਉਹ ਬਾਹਰ ਆਉਂਦਾ ਸੀ, ਉਹਦੇ ਬੱਚਿਆਂ ਦੇ ਪੈਂਪਰ ਵੀ ਬਾਹਰੋਂ ਆਉਂਦੇ ਸਨ, ਅਤੇ ਅੱਜ ਉਹ ਕੋੜੀ ਕੋੜੀ ਦਾ ਮੁਹਤਾਜ ਹੈ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ, ਜਿਸ ਵੇਲੇ ਤੂੰ ਪੈਂਪਰ ਬਾਹਰੋਂ ਲਿਆਉਂਦਾ ਸੀ, ਉਸ ਵੇਲੇ ਰਾਏ ਖੁਦਾ ਵਿੱਚ ਕਿਤਨੇ ਦਿੰਦਾ ਸੀ? ਮੈਂ ਕਿਹਾ, ਉਸ ਵੇਲੇ ਤੂੰ ਦਿੱਤਾ ਹੁੰਦਾ ਨਾ ਚੰਗੇ ਵੇਲੇ ਰੱਬ ਨੂੰ। ਹਜ਼ਰਤ ਅਬਦੁੱਲਾ ਬਿਨ ਅਬਾਸ ਨੂੰ ਹਜ਼ੂਰ ਨੇ ਫਰਮਾਇਆ, ਅਬਦੁੱਲਾ, ਚੰਗੇ ਵੇਲੇ ਰੱਬ ਨੂੰ ਯਾਦ ਰੱਖੀ, ਜੇ ਤੇਰੇ 'ਤੇ ਔਖਾ ਵੇਲਾ ਆਏਗਾ ਨਾ, ਤਾਂ ਤੂੰ ਰੱਬ ਨੂੰ ਆਪਣੇ ਸਾਹਮਣੇ ਪਾਏਗਾ। ਚੰਗੇ ਵੇਲੇ ਤਾਂ ਰੱਬ ਰੱਬ ਨੂੰ ਦੇਂਦਾ ਕੋਈ ਨਹੀਂ, ਉਸ ਵੇਲੇ ਤਾਂ ਜਨਾਬ ਸ਼ਾਦੀ ਪਰ ਨਹੀਂ ਜੀ, ਇਸ ਹਾਲ ਮੇਂ ਨਹੀਂ, ਉਸ ਹਾਲ ਮੇਂ। ਜੇ 5 ਡਿਸ਼ੇ ਨਹੀਂ, 10 ਡਿਸ਼ੇ ਲਹਿੰਗੇ ਕੁੜੀਆਂ ਦੇ, 2-2 5-5 ਲੱਖ ਦੇ ਜਨਾਬ। ਅਤੇ ਪੁੱਛੋ, ਸਾਰੀ ਜ਼ਿੰਦਗੀ 5 ਲੱਖ ਰੁਪਈਆ ਖੁਰਾਏ ਖੁਦਾ ਵੀ ਦਿੱਤਾ ਇਸਨੇ, ਕਿੱਥੋਂ ਆਰਾਮ ਦਾ ਪੈਸਾ ਆਇਆ ਤੁਹਾਡੇ ਕੋਲੋਂ ਕਿ ਕੁੜੀਆਂ ਦੇ ਲਹਿੰਗੇ ਵੀ 5-5 ਲੱਖ ਦੇ ਤੁਸੀਂ ਬਣਾਏ? ਮੈਨੂੰ ਤਾਂ ਨਹੀਂ ਸਮਝ ਆਈ ਇਹ ਮੁਸਲਮਾਨਾਂ ਨਾਲ ਜੋ ਕੁਛ ਹੋ ਰਿਹਾ, ਇੰਜੇ ਨਹੀਂ ਹੋ ਰਿਹਾ, ਕੋਈ ਵਜ੍ਹਾ ਜ਼ਰੂਰ ਹੈ। ਹਾਂਜੀ, ਅਸੀਂ ਦੀਨ ਨੂੰ ਇੱਥੋਂ ਮੰਨਿਆ, ਇੱਥੋਂ ਕਰਕੇ, ਇੱਥੋਂ ਦੀਨ ਸਾਡੇ ਥੱਲੇ ਕਦੀ ਉਤਰਿਆ ਹੀ ਨਹੀਂ।